ਵੈਘੁਰੂ ਜੀ ਦਾ ਕਾਲ ਸਾਹ ਸ੍ਰੀ ਵੈਘੁਰੂ ਜੀ ਕੀ ਫਤਿਹ ਸੋ ਤੁਸੀਂ ਜੁੜੇ ਹੋ ਨਿਊਜ਼ ਪੰਜਾਬ ਦੀ ਚੈਨਲ ਦੇ ਨਾਲ ਇੱਕ ਵਾਰ ਫੇਰ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿਸ ਤਰ੍ਹਾਂ ਅਸੀਂ ਕਾਫੀ ਦਿਨ ਪਹਿਲਾਂ ਸਰੋਵਰ ਸਾਧੂਆਣਾ ਸਾਹਿਬ ਤੋਂ ਇੱਕ ਵੀਡੀਓ ਪਾਈ ਸੀ ਕਿ ਸਰੋਵਰ ਸਾਧੂਆਣਾ ਸਾਹਿਬ ਜੋ ਕਿ ਮੋਗਾ ਜਲਾ ਦੇ ਨੇੜਲੇ ਪਿੰਡ ਲੰਡੇ ਕਾਂ ਦੇ ਵਿੱਚ ਸਥਿਤ ਹੈ ਇਸ ਸਰੋਵਰ ਦੇ ਵਿੱਚ ਨਹਾਉਣ ਦੇ ਨਾਲ ਚਮੜੀ ਦਾ ਹਰੇਕ ਰੋਗ ਦੂਰ ਹੋ ਜਾਂਦਾ ਹੈ ਸੋ ਉਹ ਵੀਡੀਓ ਕਾਫੀ ਵਾਇਰਲ ਹੋਈ ਕਾਫੀ ਸੰਗਤਾਂ ਜਿਹੜੀਆਂ ਇੱਥੇ ਇਸ਼ਨਾਨ ਕਰਨ ਆਉਂਦੀਆਂ ਨੇ ਤੇ ਆਪਣੇ ਦੁਖੜੇ ਦੁੱਖ ਦਰਦ ਜਿਹੜੇ ਕਾਫੀ ਸਾਲਾਂ ਤੋਂ ਉਹਨਾਂ ਦਾ ਖੜਾ ਛੱਡਣ ਨੂੰ ਜਿਹੜੇ ਦੁੱਖ ਖੜਾ ਨਹੀਂ ਛੱਡ ਰਹੇ ਸਨ ਸੋ ਉਹ ਦੁੱਖ ਇਸ ਜਗ੍ਹਾ ਤੋਂ ਇਸ ਸਥਾਨ ਤੋਂ 25 23 30 ਸਾਲ ਪੁਰਾਣਾ ਜਿਹੜਾ ਰੋਗ ਆ ਚਮੜੀ ਦਾ ਚਾਹੇ ਕਿਸੇ ਤਰ੍ਹਾਂ ਦਾ ਵੀ ਰੋਗ ਹੋਵੇ ਸੋ ਇਸ ਸ੍ਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਠੀਕ ਹੋਏ ਨੇ ਸੋ ਅੱਜ ਫੇਰ ਇੱਕ ਵਾਰ ਕਿਉਂਕਿ ਵੈਸੇ ਤਾਂ ਹਰ ਇੱਕ ਐਤਵਾਰੀ ਜਿਹੜਾ ਨਿਊਜ਼ ਪੰਜਾਬ ਦੀ ਚੈਨਲ ਤੇ ਲਾਈਵ ਪ੍ਰਸਾਰਣ ਸਲੋਵਰ ਸਾਧੂ ਆਣਾ ਸਾਹਿਬ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁੰਦਾ ਹੈ ਸਮਾਪਤੀ ਦੀ ਅਰਦਾਸ 4 ਵਜੇ ਕੀਤੀ ਜਾਂਦੀ ਹੈ ਸੰਗਤਾਂ ਦੂਰ ਦੂਰੋਂ ਨਤਮਸਕ ਹੁੰਦੀਆਂ ਨੇ ਸੋ ਅੱਜ ਇੱਕ ਵੱਖਰੀ ਵੀਡੀਓ ਕਰਨ ਦਾ ਮਕਸਦ ਇਹ ਹੀ ਸੀ ਕਿ ਸਾਡੇ ਕੋਲੋਂ ਬਹੁਤ ਦੂਰੋਂ ਮਾਤਾ ਜੀ ਪਹੁੰਚੇ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਜਿਹੜਾ ਹੈਗਾ ਵੀਡੀਓ ਦੇਖ ਕੇ ਇਸ ਸਥਾਨ ਤੇ ਇੱਕ ਉਮੀਦ ਲੈ ਕੇ ਆਏ ਆ ਕਿ ਸਲੋਵਰ ਦੇ ਵਿੱਚ ਕਾਫੀ ਅਸੀਂ ਸੁਣਿਆ ਹੈਗਾ ਕਿ ਇਸ਼ਨਾਨ ਕਰਨ ਦੇ ਨਾਲ ਦੁੱਖ ਦੂਰ ਹੁੰਦੇ ਨੇ ਸੋ ਅੱਜ ਪਹੁੰਚੇ ਨੇ ਇੱਥੇ ਇਸ਼ਨਾਨ ਕਰ ਰਹੇ ਨੇ ਗੱਲਬਾਤ ਵੀ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਸੇਵਾਦਾਰ ਨੇ ਕਾਫੀ ਸਮੇਂ ਤੋਂ ਲੰਮੀਆਂ ਸੇਵਾਵਾਂ ਇੱਥੇ ਨਿਭਾ ਰਹੇ ਨੇ ਸੋ ਜਿਸ ਦਾ ਕਰਕੇ ਅੱਜ ਮਹਾਂਪੁਰਸ਼ਾਂ ਦੀ ਕਿਰਪਾ ਹੋਈ ਆ ਇੱਥੇ ਮੇਲੇ ਲੱਗਣ ਲੱਗੇ ਨੇ ਸੋ ਸਾਡੇ ਨਾਲ ਸੇਵਾਦਾਰ ਬਲਕਾਰ ਸਿੰਘ ਜੀ ਹਾਜ਼ਰ ਨੇ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਸੂਰ ਸਿੰਘ ਜੀ ਸੰਤ ਬਾਬਾ ਆਰਮ ਸਿੰਘ ਜੀ ਸਰੋਵਰ ਸਾਧੂ ਆਲਾ ਸਾਹਿਬ ਪਿੰਡ ਲੰਡੇ ਕੇ ਅੰਬਰਸਰ ਰੋਡ ਤੋਂ ਤਕਰੀਬਨ 7 ਕ ਕਿਲੇ ਵਾਰਡ ਤੇ ਖੇਤਾਂ ਦੇ ਵਿੱਚ ਸਰੋਵਰ ਬਣਿਆ ਇਹ ਤੇ ਇਸ ਸਰੋਵਰ ਦੇ ਵਿੱਚ ਸੰਗਤਾਂ ਹਰ ਐਤਵਾਰ ਦੂਰੋਂ ਦੂਰੋਂ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਸੰਗਤ ਪਹੁੰਚਦੀ ਆ ਸੋ ਗੱਲ ਕਰਕੇ ਅੱਜ ਤੋਂ ਤਕਰੀਬਨ 17-18 ਐਤਵਾਰ ਪਹਿਲਾਂ ਇੱਕ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ ਇਸ ਸਥਾਨ ਦੀ ਤੇ ਮੀਡੀਆ ਦੇ ਵਿੱਚ ਵੀ ਬਹੁਤ ਇੱਥੇ ਮੀਡੀਆ ਪਹੁੰਚਿਆ ਇੱਥੇ ਆ ਕੇ ਵੇਖਣ ਕਿਉਂਕਿ ਵੀ ਇੱਥੇ ਕੋਈ ਅੰਧਵਿਸ਼ਵਾਸਤਾ ਨਹੀਂ ਪਰ ਜਿੰਨੇ ਵੀ ਮੀਡੀਆ ਵਾਲੇ ਸਾਡੇ ਵੀਰ ਆਏ ਆ ਵੀਡੀਓ ਪਾਈਆਂ ਉਹਨਾਂ ਨੇ ਤੇ ਕਰੋੜਾਂ ਦੇ ਵਿੱਚ ਅੱਜ ਉਹ ਵੀਡੀਓ ਇਸ ਸਥਾਨ ਦੀਆਂ ਪਹੁੰਚ ਗਈਆਂ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਇੱਥੇ ਹਰ ਐਤਵਾਰ ਨੂੰ ਇਸ਼ਨਾਨ ਕਰਨ ਆ ਰਹੀਆਂ ਨੇ ਤੇ ਰਾਮ ਵੀ ਆਉਂਦਾ ਤੇ ਕੁਝ ਕਈਆਂ ਲੋਕਾਂ ਦੀਆਂ ਸਾਨੂੰ ਵੀਰਾਂ ਦੀਆਂ ਕਮੈਂਟ ਵੀ ਪਾਈ ਸੀਗੇ ਵੀ ਘਰ ਘਰ ਸਰੋਰ ਬਣਾ ਲੋ ਪਿੰਡਾਂ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਇਹੀ ਆਖਿਆ ਸੀ ਵੀਰੋ ਵੀ ਪਿੰਡਾਂ ਦੇ ਵਿੱਚ ਆਪਣੇ ਮੋਟਰਾਂ ਲੱਗੀਆਂ ਖੇਤਾਂ ਦੇ ਵਿੱਚ ਉੱਚੇ ਬਣੇ ਆ ਇਸ਼ਨਾਨ ਸੰਗਤਾਂ ਉੱਥੇ ਕਿਉਂ ਨਹੀਂ ਕਰਦੀਆਂ ਗੀਆਂ ਇੱਥੇ ਇਸ਼ਨਾਨ ਇਸ ਕਰਕੇ ਹੁੰਦੇ ਆ ਇੱਥੇ ਸਾਧੂਆਂ ਨੇ 200 ਸਾਲ ਪਹਿਲਾਂ ਭਗਤੀ ਕੀਤੀ ਆ ਜੀ ਇਹ ਤਕਰੀਬਨ 200 ਸਾਲ ਪੁਰਾਣੀ ਜਗ੍ਹਾ ਕਿਉਂਕਿ ਸੰਗਤ ਨੂੰ ਨਹੀਂ ਪਤਾ ਸੀ ਇਹਦੇ ਜਗ੍ਹਾ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਪੈਣ ਦੇ ਨਾਲ ਲਾਈਵ ਪੰਜਾਬ ਦੇ ਵੀ ਨਿਊਜ਼ ਪੰਜਾਬ ਦੇ ਜਿਹੜਾ ਇੱਥੇ ਪ੍ਰੋਗਰਾਮ ਹੁੰਦਾ ਆਪਣਾ ਲਾਈਵ ਉਸ ਨੂੰ ਦੇਖਣ ਦੇ ਨਾਲ ਖਣੇ ਲੋਕਾਂ ਦੇ ਦੁਨੀਆ ਭਰ ਦੇ ਵਿੱਚ ਲੱਖਾਂ ਲੋਕਾਂ ਦਾ ਭਲਾ ਹੋਣਾ ਇਹ ਵੀਡੀਓ ਵੇਖਣ ਨਾਲ ਨਾ ਲੱਖਾਂ ਲੋਕਾਂ ਦਾ ਭਲਾ ਹੋਣਾ ਸਾਨੂੰ ਇੱਥੇ ਆ ਕੇ ਦੱਸ ਕੇ ਵੀ ਜਾਂਦੇ ਆ ਆ ਪਰਸੋਂ ਦੀ ਗੱਲ ਸੀ ਅਸੀਂ ਸਰੋਵਰ ਅੰਕੜਾਈ ਜਾਂਦੇ ਸੀ ਇੱਕ ਲੁਧਿਆਣੇ ਤੋਂ ਨਾ ਬੱਚਾ ਲੈ ਕੇ ਆ ਦੋ ਸਾਲ ਦਾ ਬੱਚਾ ਸੀ ਜੀ ਉਹ ਕਹਿੰਦਾ ਵੀਰ ਜੀ ਸਾਡੇ ਨਾ ਬੱਚੇ ਦੇ ਨਾ ਕੈਨਸਲ ਸੀਗਾ ਹੂੰ ਤੇ ਜੋ ਅਸੀਂ ਸਮਝ ਲਓ ਵੀ ਦੋ ਕ ਐਤਵਾਰ ਅਸੀਂ ਪਹਿਲਾਂ ਆਏ ਸੀਗੇ ਤੇ ਅਸੀਂ ਉਹਨੂੰ ਨਾ ਚੈੱਕ ਕਰਾਇਆ ਉਹਦਾ ਕੈਨਸਲ ਜਮੈਂ ਡਾਕਟਰ ਸਾਹਿਬ ਕਹਿੰਦੇ ਨੋਰਮਲ ਆ ਨੋਰਮਲ ਹੋ ਗਿਆ ਪਹਿਲੀ ਵਾਰੀ ਆਏ ਸੀ ਪਹਿਲੀ ਵਾਰ ਆਈ ਸੀਗੀ ਲੁਧਿਆਣੇ ਤੋਂ ਲੁਧਿਆਣੇ ਤੋਂ ਉਹ ਵੀ ਕਹਿੰਦੇ ਵੀ ਸਾਡਾ ਕੈਨਸਲ ਨੋਰਮਲ ਹੋ ਗਿਆ ਇੱਕ ਨਹੀਂ ਨੇਕਾ ਬਿਮਾਰੀਆਂ ਆ ਹਰ ਇੱਕ ਵੀ ਆ ਕੇ ਕਹਿੰਦਾ ਬਾਈ ਜੀ ਸਾਨੂੰ ਇੱਥੇ ਇਸ਼ਨਾਨ ਕਰਨ ਦੇ ਨਾਲ ਪਲਾ ਹੋ ਗਿਆ ਜਦੋਂ ਇੱਕ ਮਰੀਜ਼ ਇੱਥੇ ਠੀਕ ਹੋ ਕੇ ਜਾਂਦਾ ਉਹ ਆਪਦੇ ਰਿਸ਼ਤੇਦਾਰ ਨੂੰ ਵੀ ਦੱਸਦਾ ਜਾ ਕੇ ਵੀ ਮੈਂ ਫਲਾਨੇ ਜਗ੍ਹਾ ਤੇ ਗਿਆਈ ਸਰੋਵਰ ਸਾਧੂ ਉਹਨਾਂ ਦਾ ਪਿੰਡ ਲੰਡੇ ਕੇ ਆ ਹੂੰ ਤੇ ਵੀ ਉੱਥੇ ਜਾ ਕੇ ਇਸ਼ਨਾਨ ਕਰੋ ਦਿਨੋਂ ਦਿਨਾਂ ਸੰਗਤਾਂ ਜਿਹੜੀ ਇਹ ਹੂੰ ਵੱਧਦੀ ਤੁਰੀ ਜਾਂਦੀ ਹੈ ਹੂੰ ਕਿਉਂਕਿ ਜਦੋਂ ਪਹਿਲਾ ਐਤਵਾਰ ਸੀਗਾ ਉਦੋਂ ਜਿਹੜੀ ਸੰਗਤ ਸੀ ਨਾ ਇੱਥੇ ਹੂੰ ਤਕਰੀਬਨ ਮੇਰੇ ਹਿਸਾਬ ਦੇ ਨਾਲ 15 ਤੋਂ 20 ਹਜ਼ਾਰ ਸੰਗਤ ਜੀ ਆਈ ਸੀ ਤੇ ਤਕਰੀਬਨ ਉਦੋਂ ਸਾਡਾ ਲੰਗਰ ਦਾ ਖਰਚਾ ਜਿਹੜਾ 15 ਤੋਂ 16 ਹਜ਼ਾਰ ਆਇਆ ਸੀ ਅੱਛਾ ਉਸ ਤੋਂ ਬਾਅਦ ਜਿਹੜੀ ਸੰਗਤ ਵੱਧ ਹੀ ਜਾਂਦੀ ਆ ਹੁਣ ਹਰ ਐਤਵਾਰ ਦੇ ਸੰਗਤ ਦੇ ਵਧਣ ਕਾਰਨ ਜੀ ਕਾਮਸੇ ਕਾਮ ਸਾਨੂੰ 30 ਤੋਂ 35000 ਰੁਪਿਆ ਦਾ ਖਰਚਾ ਸਾਡਾ ਹਰ ਐਤਵਾਰ ਦਾ ਵਾਧਾ ਲੰਗਰ ਦਾ ਜਿਵੇਂ ਗੱਲ ਕਰ ਲਈਏ ਸੰਗਤ ਦੀ ਅੱਜ ਵੀ ਜਿਹੜਾ ਇਕੱਠ ਬਹੁਤ ਵੱਡਾ ਸੀਗਾ ਇਕੱਠਾ ਇਹ ਗੱਲ ਕਰੀਏ ਕਿਉਂਕਿ ਸਵੇਰ ਤੋਂ ਲੈ ਕੇ ਸੰਗਤ ਆ ਰਹੀ ਸੀ ਹੁਣ ਤੱਕ ਵੀ ਸੰਗਤ ਜਿਹੜੀ ਅਸੀਂ ਦੇਖੀ ਹੈ ਕਿ ਆ ਰਹੀ ਹੈ ਕਿਵੇਂ ਲੱਗਦਾ ਵੀ ਇਕੱਠ ਜਿਹੜਾ ਦਿਨੋਂ ਦਿਨ ਵੱਧਦਾ ਜਾ ਰਿਹਾ ਕਿ ਪ੍ਰਬੰਧ ਜਿਹੜਾ ਫਿਰ ਉਸ ਹਾਮ ਨਾਲ ਵਧਣਾ ਪਰਵੰਦ ਤਾਂ ਇਹ ਬਾਬੇ ਸੂਰ ਸਿੰਘ ਦੀ ਇਹ ਨਗਰ ਤੇ ਮਿਹਰ ਆ ਉਹ ਸਭ ਕੁਸ ਸਾਡੇ ਮਹਾਪੁਰਸ਼ੀ ਕਰਦੇ ਆ ਇੱਥੇ ਵਿੱਚ ਵਸ ਕੇ ਦੁਨੀਆ ਦੇ ਵਿੱਚ ਜਿੱਥੇ ਕੋਈ ਆਪਣਾ ਦਾਲ ਬਣਾਉਣ ਲੱਗਿਆਂ ਤਾਂ ਦਾਲ ਬਣਾਈ ਜਾਂਦਾ ਜਿੱਥੇ ਕੋਈ ਭਾਂਡੇ ਮਾਂਜਣ ਵਾਲੀ ਸੇਵਾ ਦੀ ਮਿਲਦੀ ਆ ਉਹ ਉੱਥੇ ਸਾਰੀ ਦਿਹਾੜੀ ਸੇਵਾ ਕਰੀ ਜਾਂਦਾ ਕਿਸੇ ਨੂੰ ਮੇਟਾਂ ਦੀ ਸੇਵਾ ਲੱਗੀ ਹੁੰਦੀ ਆ ਜਣੇ ਵੀ ਸਾਡੇ ਹੁਣ ਨਗਰ ਦੇ ਵਿੱਚ ਤਕਰੀਬਨ ਤਿੰਨ ਜਗ੍ਹਾ ਸੀ ਹੁਣ ਤਵੀਆਂ ਲੈ ਕੇ ਦਿੱਤੀਆਂ ਬੀਬੀਆਂ ਨੂੰ ਉਹ ਸੁਭੀਆਂ ਸਵੇਰ 4 ਵਜੇ ਉੱਠ ਕੇ ਇਸ਼ਨਾਨ ਕਰਕੇ ਨਾ ਲੰਗਰ ਦਾ ਪ੍ਰਬੰਧ ਕਰਦੀਆਂ ਉਹ ਤੇ ਸਵੇਰ ਤੇ ਉਸ ਤੋਂ ਬਾਅਦ ਇੱਥੇ ਅਸੀਂ ਤਿੰਨ ਤਵੀਆਂ ਪੈਂਡਾ ਤੇ ਤਿੰਨ ਤਵੀਆਂ ਇੱਥੇ ਅੰਦਰ ਆ ਤੇ ਤਿੰਨ ਤੰਦੂਰ ਆ ਐਸੇ ਅਸੀਂ ਇੱਕ ਤਵੀ ਹੋਰ ਵਧਾਈ ਆ 10 ਬੀਬੀਆਂ ਹੋਰ ਲੰਗਰ ਪ੍ਰਸ਼ਾਦਾ ਤਿਆਰ ਕਰਨ ਵਾਲੀਆਂ ਵਧਾਈਆਂ ਜੀ ਤੇ तकरीबन एयरਕੀ ਸਾਢੇ 1.5 ਕੁਆਂਟਲ ਤੇ ਦਾਲ ਪਹੁੰਚ ਗਈ ਆ ਇਹ ਮਹਾਪੁਰਸ਼ਾਂ ਦੀ ਇਸ ਜਗ੍ਹਾ ਤੇ ਮੇਰੇ ਹਿਸਾਬ ਦੇ ਨਾਲ ਵੀ ਹੋਰ 2 ਮਹੀਨਿਆਂ ਦੇ ਵਿੱਚ ਇੱਥੇ 5 ਕੁਆਂਟਲ ਤੇ ਦਾਲ ਪੁੱਜਣੀ ਆ ਜੀ ਜਿਹੜੀ ਤੇ ਜਣੇ ਦੀ ਜਿਸ ਦਿਨ ਤੋਂ ਇੱਥੇ ਮੱਥਾ ਟਿਕਾਈ ਹੁੰਦੀ ਆ ਹੌਲੀ ਹੌਲੀ ਅਸੀਂ ਇਹਦਾ ਮਾਹੌਲ ਨਕਸ਼ਾ ਬਦਲਦੇ ਜਾਂਦੇ ਆ ਇੰਟਰਨੋਕ ਟੈਲ ਉਹ ਅਸੀਂ 2,52,000 ਦੀ ਤੇ ਤਿੰਨ ਆਪਣਾ 2,85,000 ਦਾ ਅਸੀਂ 550 ਫੁੱਟ ਤੱਕ ਬੋਰ ਕਰਾਤਾ ਜੀ ਤਕਰੀਬਨ ਹੁਣ ਟਿੱਕਰ ਇੱਥੇ ਅਸੀਂ 15 ਤੋਂ 20 ਲੱਖ ਰੁਪਈਆ ਇੱਥੇ ਅਸੀਂ ਸੰਗਤਾਂ ਦਾ ਜਿਹੜਾ ਮੱਥਾ ਟਿਕਾਈ ਹੁੰਦਾ ਉਹਦਾ ਜਿਹੜਾ ਵਧਿਆ ਪੈਸਾ ਹੁੰਦਾ ਉਹਦਾ ਅਸੀਂ ਇੱਥੇ ਅਸੀਂ ਇਹਦੀ ਪਰ ਬਸ ਜਿਹੜੀ ਕਰੀ ਜਾਂਦੇ ਬਦਲੀ ਜਾਂਦੇ ਆ ਨਵਾਰਾ ਤੇ ਜਿਹੜਾ ਵਾਧਾ ਪੈਸਾ ਉਹ ਅਸੀਂ ਲੰਗਰਾਂ ਦੇ ਉੱਤੇ ਲਾਈ ਜਾਂਦੇ ਆ ਐਰ ਕੀ ਤਕਰੀਬਨ 1.32 ਤੋਂ 30 ਹਜ਼ਾਰ ਦੇ ਉੱਤੇ ਜਿਹੜਾ ਲੰਗਰ ਦਾ ਸਾਡਾ ਖਰਚਾ ਪਹੁੰਚ ਗਿਆ ਪਹੁੰਚ ਗਿਆ ਮੇਰਾ ਕਹਿਣ ਦਾ ਭਾਅ ਵਾ ਵੀ ਜੇ ਇੱਥੇ ਮੱਥਾ ਟਿਕਾਈ ਹੁੰਦਾ ਤੇ ਇੱਥੇ ਲੰਗਰ ਤੇ ਵੀ ਖਰਚਾ ਬਹੁਤ ਹੁੰਦਾ ਜਿਵੇਂ ਸੰਗਤ ਮੱਥਾ ਵੱਧ ਡੇਗਦਾ ਤਾਂ ਸੰਗਤ ਦਾ ਜਿਹੜਾ ਖਰਚਾ ਵੀ ਉਸ ਹਿਸਾਬ ਨਾਲ ਲੰਗਰ ਪਾਣੀ ਦਾ ਵੱਧ ਆ ਜਾਂਦਾ ਹਾਂਜੀ 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 ਖਰਚਾ ਵੱਧਦਾ ਜਾਂਦਾ ਵੱਧਦਾ ਜਾਂਦਾ ਤੇ ਅਸੀਂ ਜਿਸ ਦਿਨ ਤੋਂ ਇੱਥੇ ਸੰਗਤ ਆਉਣ ਲੱਗੀ ਆ ਅਸੀਂ ਨਾ ਤਾਂ ਇੱਥੇ ਮਿਸਤਰੀ ਬੰਦ ਕੀਤੇ ਆ ਤੇ ਮੈਸਤਰੀ ਨਾ ਅਸੀਂ ਬੰਦ ਕਰਨੇ ਆ ਜਿਵੇਂ ਸੰਗਤ ਦਾ ਪੈਸਾ ਆਊਗਾ ਤੇ ਉਸੇ ਤੇ ਕਰ ਲਈ ਜਾਊਗਾ ਨਾ ਪੈਸਾ ਖਾਦਾ ਤੇ ਨਾ ਖਾਂਦ ਦੇਊਗਾ ਜੀ ਸੋ ਬਹੁਤ ਵੱਡੀ ਸੇਵਾਵਾਂ ਜਿਹੜੀਆਂ ਹੈਗੀਆਂ ਸੇਵਾ ਦਾ ਨਿਭਾ ਰਹੇ ਨੇ ਗੁਰਜੰਟ ਵੀਰ ਜੀ ਜਿਵੇਂ ਅ ਅਖੰਡ ਪਾਠ ਸਾਹਿਬ ਦੀ ਲੜੀ ਸ਼ੁਰੂ ਹੋਈ ਆ ਜੀ ਸ਼ੁੱਕਰਵਾਰ ਨੂੰ ਸ਼ੁਰੂ ਕੀਤੀ ਜਾਂਦੇ ਨੇ ਤੇ ਐਤਵਾਰ ਨੂੰ ਸਮਾਪਤੀ ਹੁੰਦੀ ਆ ਅ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਅਖੰਡ ਪਾਠ ਬੁੱਕ ਰਵੰਦੀਆਂ ਨੇ ਜੀ ਕਿ ਸੰਗਤ ਨੇ ਜੇ ਕੰਟੈਕਟ ਕਰਨਾ ਹੋਵੇ ਤੁਹਾਡੇ ਨਾਲ ਲੜੀ ਹੋਰ ਕਿਸੇ ਦਿਨ ਵੀ ਕਰਵਾ ਸਕਦੇ ਕਿ ਸ਼ੁੱਕਰਵਾਰੀ ਕਰਵਾ ਸਕਦੇ ਸੰਗਤ ਇਹਦੇ ਵਿੱਚ ਭਾਜੀ ਇਸ ਤਰ੍ਹਾਂ ਸ਼ੁੱਕਰਵਾਰ ਨੂੰ ਹੀ ਜਾ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਸਾਡਾ ਇਸ ਜਿਹੜਾ ਫਰਾਈਡੇ ਆ ਰਿਹਾ ਸ਼ੁੱਕਰਵਾਰ ਆ ਰਿਹਾ ਉਹ ਸਾਡਾ ਬੁੱਕ ਹੈ ਜੀ ਉਸ ਤੋਂ ਅਗਲਾ ਨੈਕਸਟ ਜਿਹੜਾ ਵੀਕ ਆਉਣਾ ਉਹਦੇ 'ਚ ਸ਼ੁੱਕਰਵਾਰ ਬੁੱਕ ਹੈ ਕੰਟੈਕਟ ਕਰਨ ਲਈ ਇਸ ਤਰ੍ਹਾਂ ਜੀ ਜਿਸ ਤਰ੍ਹਾਂ ਬਲਕਾਰ ਭਾਜੀ ਦਾ ਨੰਬਰ ਹੈ ਮੇਰਾ ਜਿਵੇਂ ਸਾਡੇ ਇਹ ਤੁਸੀਂ ਥੱਲੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਥੱਲੇ ਉਹ ਨੰਬਰ ਵੀ ਚਾਲਦੇ ਨੇ ਸਾਡੇ ਕਿਸੇ ਵੀ ਸੇਵਾਦਾਰ ਨੂੰ ਉਹ ਕੰਟੈਕਟ ਕਰਕੇ ਆਪਦਾ ਆਪ ਭੋਗ ਦੀ ਡੇਟ ਪੁੱਛ ਸਕਦੇ ਹੋ ਵੀ ਉਹ ਡੈਰੀ ਦੇ ਵਿੱਚ ਸਾਡੇ ਕੋਲ ਜਗ੍ਹਾ ਡੇਟ ਉਹ ਖਾਲੀ ਹੈ ਜਾਂ ਨਹੀਂ ਹੈ ਤੇ ਉਹ ਜਿਸ ਤਰ੍ਹਾਂ ਬਲਕਾਰ ਵੀ ਨੇ ਪਿਛਲੀਆਂ ਵੀਡੀਓ ਚ ਵੀ ਦੱਸਿਆ ਵੀ ਹੁਣ ਇਹ ਜਿਹੜੀ ਲੜੀ ਗੁਰੂ ਸਾਹਿਬ ਦੇ ਅਖੰਡ ਪਾਠ ਸਾਹਿਬ ਦੀ ਚੱਲਦੀ ਹੈ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਕੋਈ ਵੀ ਵੀਰ ਜਿਸ ਤਰ੍ਹਾਂ ਪਿਛਲੀ ਵੀਡੀਓ ਚ ਵੀ ਮੈਂ ਦੱਸਿਆ ਸੀ ਵੀ ਇੰਨਾ ਕੁ ਖਰਚਾ ਆਪਦਾ ਦੇ ਕੇ ਉਹ ਸਾਡੇ ਇੱਥੇ ਸਰੋਵਰ ਸਾਧੂ ਜੀਣਾ ਸਾਹਿਬ ਵਿਖੇ ਆਪਦਾ ਅਖੰਡ ਪਾਠ ਸਾਹਿਬ ਕਰਵਾ ਸਕਦੇ ਜੀ ਜੇ ਸ਼ੁੱਕਰਵਾਰ ਨੂੰ ਨਹੀਂ ਮਿਲਦਾ ਕਿਸੇ ਹੋਰ ਦਿਨ ਵੀ ਕਰਵਾ ਸਕਦੇ ਨੇ ਨਹੀਂ ਜੀ ਅਦਰ ਡੇਸ ਤਾਂ ਹਜੇ ਨਾ ਤਾਂ ਭਾਜੀ ਵੱਲੋਂ ਕੋਈ ਡਿਸੀਜਨ ਮੇਰੇ ਕੋਲੇ ਆਇਆ ਜੀ ਤੇ ਨਾ ਜੇ ਕੋਈ ਸਾਡੀ ਡਿਸਕਸ਼ਨ ਹੋਈ ਹੈ ਇਸ ਬਾਰੇ ਵੀ ਵੈਸੇ ਸ਼ੁਕਰਵਾਰ ਇਸ ਤਰ੍ਹਾਂ ਜੀ ਕਿਉਂਕਿ ਐਤਵਾਰਿਕ ਤਾਂ ਛੁੱਟੀ ਹੁੰਦੀ ਹੈ ਜੀ ਭੋਗ ਪਾਏ ਜਾਂਦੇ ਆ ਸੇਵਾਦਾਰ ਆ ਜਾਂਦੇ ਸੰਗਤ ਆ ਜਾਂਦੇ ਜੋਬ ਵਾਲਾ ਬੰਦਾ ਆ ਜਾਂਦਾ ਸਕੂਲ ਵਾਲੇ ਬੱਚੇ ਆ ਜਾਂਦੇ ਨਹੀਂ ਪ੍ਰੀਫਰੈਂਸ ਭਾਜੀ ਨੇ ਦਿੱਤੀ ਸੀ ਇਸ ਗੱਲ ਨੂੰ ਕਿ ਇਹ ਸਾਰੀ ਚੀਜ਼ ਨੂੰ ਮੱਦੇ ਨਜ਼ਰ ਅਦਰ ਡੇਸ ਦੇ ਵਿੱਚ ਆਉਂਦਾ ਭਾਜੀ ਸੰਗਤ ਏਵਰੀ ਡੇ ਆਉਂਦੀ ਲੰਗਰ ਪ੍ਰਸ਼ਾਦਾ ਚੱਲਦਾ ਜੀ ਅਰਦਾਸ ਬੇਨਤੀਆਂ ਸਾਡੇ ਅੰਦਰ ਪਾਠੀ ਸਿੰਘ ਹੈਗੇ ਆ ਜੀ ਉਹ ਮੁੰਡੇ ਕਰਦੇ ਰਹਿੰਦੇ ਆ ਜੀ ਇਦਾਂ ਹੋ ਸਕਦਾ ਵੀ ਜਿਵੇਂ ਸ਼ੁੱਕਰਵਾਰ ਨੂੰ ਦੋ ਪਾਰ ਬੁੱਕ ਹੋ ਗਏ ਨੇ ਜਿਗਰਾ ਕਹਿੰਦਾ ਸ਼ੁੱਕਰਵਾਰੀ ਕਰਾਉਣਾ ਤਾਂ ਦੋ ਪਾਰ ਵੀ ਸ਼ੁਰੂ ਹੋ ਸਕਦੇ ਨੇ ਹੋ ਸਕਦੇ ਜੀ ਹਾਂਜੀ ਜੇ ਕਿਸੇ ਸੰਗਤ ਨੇ ਨਾ ਖੰਡ ਪੜ ਸਾਫ ਕਰਾਉਣੇ ਹਨਾ ਅਸੀਂ ਦੋ ਖੰਡ ਪੜ ਸਾਹਬ ਨਾ ਆਰੰਭ ਕਰਾਂਗੇ ਤੇ ਉਹਨਾਂ ਦੇ ਐਤਵਾਰ ਦੋਨਾਂ ਦੇ ਭੋਗ ਪਾਵਾਂਗੇ ਸੋ ਗੱਲ ਕਰ ਗਏ ਆਪਾਂ ਜਗਰਾਜ ਜੀ ਵੀ ਜਿਵੇਂ ਲੋਕਾਂ ਨੇ ਇੱਕ ਮਿੰਟ ਇੰਨੇ ਕੀਤੇ ਸੀਗੇ ਵੀ ਇੱਥੇ ਤੁਹਾਡੇ ਆਪਣਾ ਗੱਲ ਦੇ ਕਹਿਣ ਤੇ ਲੋਕੀ ਪਿਸ਼ਵਾਸ਼ ਕਿਵੇਂ ਕਰਨਗੇ ਤੁਸੀਂ ਕਿਹੜਾ ਡਾਕਟਰ ਆ ਡਾਕਟਰਾਂ ਕੋਲ ਬੰਦ ਕਰਦੇ ਹੋ ਵੀ ਤੁਹਾਡੇ ਤਾਂ ਕੋਈ ਵਿਸ਼ਵਾਸ ਕੀਤੀ ਆ ਆ ਤੁਸੀਂ ਵੇਖ ਲਓ ਤੁਸੀਂ ਲਾਈਵ ਪ੍ਰੋਗਰਾਮ ਚਲਾਉਨੇ ਆ ਤੇ ਲੱਖਾਂ ਦੇ ਤਦਾਦ ਦੇ ਵਿੱਚ ਸੰਗਤਾਂ ਕਿਵੇਂ ਵਿਸ਼ਵਾਸ ਕੀਤਾ ਤੇ ਅੱਜ ਤੈਨੂੰ ਮੈਂ ਅੱਗੇ ਜਾ ਕੇ ਤੁਹਾਨੂੰ ਬੂੰਕਣਾ ਢੇਰ ਵਿਖਾਉਣਾਂ ਵਾਲ ਜਾ ਕੇ ਨੂਨ ਦੇ ਢੇਰ ਵਿਖਾਉਣਾ ਵੀ ਕਿਉਂਕਿ ਜੇ ਇੱਥੇ ਸੰਗਤ ਨੂੰ ਰਾਮ ਆਉਂਦਾ ਤੇ ਤਾਂ ਹੀ ਬੋਂਕਰ ਤੇ ਨੂਨ ਚੜਾ ਕੇ ਜਾਂਦੇ ਇੱਥੇ ਤੇ ਕਿਉਂਕਿ ਅਸੀਂ ਤਾਂ ਨਹੀਂ ਲਾਏ ਇਹ ਢੇਰ ਡੇ ਡੇ ਲੱਗੇ ਪਏ ਆ ਜੀ ਆ ਏਡੇ ਡੇ ਢੇਰ ਲੱਗੇ ਨੂਨ ਦੇ ਆ ਅੱਜ ਦਾ ਐਡਾ ਢੇਰ ਨੂਨ ਦਾ ਤੁਹਾਨੂੰ ਦਿਖਾ ਰਿਆ ਵੇਖੋ ਕਿੰਨੇ ਲੋਕਾਂ ਨੂੰ ਰਾਮ ਆਇਆ ਉਧਰ ਬੋਂਕਰਾਂ ਦੇ ਢੇਰ ਵੇਖ ਲਓ ਐਡੇ ਡੇ ਲੱਗੇ ਪਏ ਆ ਇਹ ਸਾਰੇ ਸੰਗਤ ਲੈ ਕੇ ਆਈ ਆ ਜਿਨ੍ਹਾਂ ਨੂੰ ਸੰਗਤ ਨੂੰ ਰਾਮ ਆਇਆ ਉਹੀ ਬੋਂਕਰਾਂ ਲੈ ਕੇ ਆਏ ਆ ਨੂਨ ਤੇ ਬੋਂਕਰ ਜਿਹੜਾ ਠੀਕ ਹੁੰਦਾ ਉਹੀ ਚੜਾ ਕੇ ਜਾਂਦਾ ਇਹ ਚੜਾ ਕੇ ਵੀ ਉਹੀ ਜਾਂਦਾ ਜਿਹਦੇ ਪੰਜ ਐਤਵਾਰ ਪੂਰੇ ਹੋ ਜਾਂਦੇ ਆ ਉਹ ਚੜਾ ਕੇ ਜਾਂਦੇ। ਮਤਲਬ ਕਿ ਇਹ ਉਹ ਨਮਕ ਤੇ ਝਾੜੂ ਪਏ ਨੇ ਤੁਸੀਂ ਦੇਖ ਰਹੇ ਹੋ ਜੋ ਤਸਵੀਰਾਂ ਦੇ ਵਿੱਚ ਜਿਹੜੀ ਸੰਗਤ ਠੀਕ ਵੀ ਆ ਜੇ ਗੱਲ ਕਰੀਏ ਇਹ ਇੱਕ ਐਂ ਦਵਾਰ ਦੇ ਆ ਅੱਜ ਦਾ ਜਿਹੜਾ ਦਿਨ ਆ ਅੱਜ ਦੇ ਦਿਨ ਦੇ ਇਹ ਜਿਹੜੀ ਸੰਗਤ ਜਿਹੜੀ ਚੜਾ ਕੇ ਗਈ ਆ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਗਿਣਤੀ ਕਰ ਲਈ ਮੈਨੂੰ ਲੱਗਦਾ ਵੀ ਔਖੀ ਹੋ ਜੂਗੀ ਜਿਹੜੇ ਸਾਹਮਣੇ ਬੋਕਰਾਂ ਪਈਆਂ ਨੇ ਹਜ਼ਾਰਾਂ ਦੇ ਬਿਲਕੁਲ ਹਜ਼ਾਰਾਂ ਦੇ ਵਿੱਚ ਆ ਜਿਹੜੇ ਝਾੜੂ ਪਏ ਆ ਤੇ ਨੂਨ ਦੇ ਗੁੱਟੀਆਂ ਪਈਆਂ ਉੱਧਰ ਹਾਂਜੀ ਅੱਜ ਦਾ ਸੰਗਤਾਂ ਨੂੰ ਇਹ ਕਹਿੰਦੇ ਆ ਵੀ ਵੇ ਇਸ਼ਨਾਨ ਕਰੋ ਕਿਸੇ ਦਾ ਭਲਾ ਹੋਊਗਾ ਇਸ਼ਨਾਨ ਕਰਨ ਦੇ ਨਾਲ ਇੱਥੇ ਕਿਹੜਾ ਆਪਾਂ ਵੀ ਕੋਈ ਡਾਕਟਰ ਫੀਸ ਲੈਂਦਾ ਵੀ ਆਪਾਂ ਡਾਕਟਰਾਂ ਦੇ ਵੀ ਜਾਣੇ ਆ ਜਾ ਕੇ ਡਾਕਟਰ ਦੇ ਕੋਲੇ ਬਹਿ ਜਾਂਦੇ ਆ ਡਾਕਟਰ ਕਹਿੰਦਾ ਅੱਜ ਮੈਨੂੰ 500 ਰੁਪਏ ਦੇਜੋ ਤੇ ਤੁਹਾਨੂੰ 8 ਦਿਨਾਂ ਦੀ ਮੈਂ ਦਵਾਈ ਦੇਤੀ ਆ ਤੇ 8 ਦਿਨਾਂ ਨੂੰ ਫੇਰ ਆਜੋ ਤੇ ਅਸੀਂ ਤਾਂ ਇਹੀ ਕਿੰਨੇ ਤੁਸੀਂ ਬਾਬੇ ਦੇ ਮੱਥਾ ਟੇਕੋ ਗੁਰੂ ਘਰ ਲੱਗੋ ਇੱਥੇ ਨਾ ਕੋਈ ਟੂਣਾ ਟੰਮਣਾ ਬਾਬੇ ਦੀ ਪੀੜਾ ਸ੍ਰੀ ਖੰਡ ਪਾਠ ਸਾਹਿਬ ਆਰੰਭ ਹੁੰਦੇ ਆ ਤੇ ਲੋਕਾਂ ਨੂੰ ਇਸ ਜਗ੍ਹਾ ਤੇ ਹੁਣ ਇਸ ਟਾਈਮ ਪੂਰਾ ਪਛਵਾਸ਼ ਹੋ ਚੁੱਕਾ ਜੀ ਵੈਸੇ ਵੀ ਜਦੋਂ ਇੱਕ ਡਾਕਟਰ ਕੋਲ ਨਹੀਂ ਆ ਰਾਮ ਹੁੰਦਾ ਤਾਂ ਫਿਰ ਸਾਡਾ ਗਵਾਂਢੀ ਦਾ ਹੁੰਦਾ ਵੀ ਆਪਾਂ ਉਹ ਡਾਕਟਰ ਕੋਲੇ ਚਲੇ ਜਾਈਏ ਤਾਂ ਸੋ ਇੱਕ ਵਾਰ ਉਹ ਗੱਲ ਕਰਨ ਦੇ ਨਾਲ ਦੇ ਡਾਕਟਰ ਬਦਲਣ ਦੀ ਬਜਾਏ ਇੱਕ ਵਾਰ ਤੁਸੀਂ ਸਰੋਵਰ ਸਾਧੂਆਂ ਸਾਹਿਬ ਜਰੂਰ ਇਸ਼ਨਾਨ ਕਰੋ ਤੁਕੀ ਇੱਥੇ ਕੋਈ ਜਾਦੂ ਟੂਣਾ ਜਾਂ ਹੱਥ ਥਾਲਾ ਨਹੀਂ ਕੀਤਾ ਜਾਂਦਾ ਇੱਥੇ ਅੰਧਵਿਸ਼ਵਾਸ ਨਹੀਂ ਇੱਥੇ ਸਰੋਵਰ ਸਾਧੂ ਸਰੋਵਰ ਬਣਿਆ ਹੋਇਆ ਉੱਥੇ ਇਸ਼ਨਾਨ ਕਰਕੇ ਤੁਸੀਂ ਗੁਰੂ ਮਹਾਰਾਜ ਪ੍ਰਕਾਸ਼ ਹੁੰਦੇ ਨੇ ਉੱਥੇ ਤੁਸੀਂ ਆਪਣੀ ਅਰਦਾਸ ਬੇਨਤੀ ਤੁਸੀਂ ਮਹਾਰਾਜ ਅੱਗੇ ਆਪ ਕਰਨੀ ਹੈਗੀ ਇੱਥੇ ਕੋਈ ਉਹ ਨਹੀਂ ਹੈਗਾ ਵੀ ਜੇ ਤੁਸੀਂ ਭਾਲੋ ਕੋਈ ਸਿਆਣਾ ਅੱਜ ਕੱਲ ਵੈਸੇ ਬਲਕਾਰ ਜੀ ਜਿਹੜਾ ਮਾਹੌਲ ਚੱਲ ਰਿਹਾ ਨਾ ਸਾ ਲੋਕ ਇਹ ਚੀਜ਼ ਭਾਲਦੇ ਕਿ ਸਾਨੂੰ ਕੋਈ ਦੱਸਣ ਵਾਲਾ ਹੋਵੇ ਸਾਡੇ ਕੋਲ ਵੀ ਕਾਫੀ ਆ ਕੇ ਇੱਥੇ ਪੁੱਛਦੇ ਨੇ ਵਿੱਚ ਕੋਈ ਬਾਬਾ ਬੈਠਾ ਜਾਂ ਸਾਨੂੰ ਜਿਹੜਾ ਦੱਸ ਦੇਵੇ ਵੀ ਅਸੀਂ ਆਰ ਅਰਦਾਸ ਬੇਨਤੀ ਕਰਾਉਣੀ ਫਿਰ ਉਹਨਾਂ ਨੂੰ ਕਹਿੰਦਾ ਭਾਈ ਤੁਸੀਂ ਸਿੱਧਾ ਜਾ ਕੇ ਲੋਕ ਇਹ ਚੀਜ਼ ਭਾਲਦੇ ਆ ਹਾਂਜੀ ਵੇਖੋ ਜੀ ਲੋਕੀ ਨਾ ਉੱਥੇ ਉਧਰ ਦੇ ਪਾਸੇ ਬਾੜਾ ਜਾਂਦੰਦੇ ਆ ਵੀ ਜਿੱਥੇ ਕੋਈ ਨਾ ਸਾਧੂ ਸੰਤ ਆ ਡੇਰਾਵਾਸ ਡੇਰਾਵਾ ਪਹਿਲਾਂ ਅੱਜਕੱਲ ਆਪਣੀ ਜਿਹੜੀ ਜਨਤਾ ਨਾ ਉਹ ਡੇਰਿਆਂ ਵੱਲ ਵੱਲ ਜਾਂਦੀ ਆ ਕਿਉਂਕਿ ਉਹਨਾਂ ਨੂੰ ਡੇਰੇ ਤੇ ਪਿਛਵਾਸ ਹੋ ਜਾਂਦਾ ਬਾਬਾ ਛੂ ਮੰਤਰ ਕਰਕੇ ਉਹਨਾਂ ਦੇ ਕੋ ਗੱਲਾਂ ਗੁੱਲਾਂ ਕਹਿ ਕੇ ਕੰਨ ਦੇ ਵਿੱਚ ਕਈ ਫੂਕ ਮਾਰਦਾ ਤੇ ਲੋਕੀ ਪਿਛਵਾਸ ਕਰ ਜਾਂਦੇ ਆ ਇੱਥੇ ਸਾਡੇ ਤਾਂ ਬਾਬਾ ਸੂਰਤ ਸਿੰਘ ਦੀ ਫੋਟੋ ਲੱਗੀ ਆ ਨਾ ਅਸੀਂ ਇੱਥੇ ਕਿਸੇ ਦੇ ਫੂਕ ਮਾਰੀ ਆ ਬਾਬਾ ਜੀ ਨੇ ਨਾ ਮਾਰਨੀ ਆ ਨਾ ਇੱਥੇ ਤਾਗਾ ਚੱਲਣਾ ਨਾ ਤਵੀਤ ਚੱਲਣਾ ਇੱਥੇ ਦਾ ਸਾਡਾ ਇੱਕੋ ਇੱਕ ਸਰੋਵਰ ਆ ਇਹਦਾ ਇੱਕ ਸਰੋਵਰ ਸਾਧੂ ਆਣਾ ਸਾਹਬ ਆ ਹਾਂ ਸੋ ਇਹ ਸਥਾਨ ਜਿਹੜਾ ਸਰੋਵਰ ਸਾਹਿਬ ਦੇ ਨਾਲ ਜਾਣਾ ਜਾਂਦਾ ਹੈਗਾ ਮੋਗੇ ਤੋਂ ਮੋਗਾ ਦਾ ਇਹ ਬੱਸ ਸਟੈਂਡ ਤੋਂ ਕਰੀਬ 3 ਕਿਲੋਮੀਟਰ ਬਾਅਦ ਦੀ ਦੂਰੀ ਤੇ ਆ ਜੇ ਕਿਸੇ ਨੇ ਆਪਣੇ ਵਹੀਕਲ ਤੇ ਆਉਣਾ ਤਾਂ ਵੀ ਉਹ ਸੌਖਾ ਹੋਵੇਗਾ ਮੋਗਾ ਦੇ ਬੱਸ ਸਟੈਂਡ ਤੋਂ ਪੁੱਛ ਸਕਦਾ ਕਿ ਸਰੋਵਰ ਸਾਧੂਆਣਾ ਸਾਹਿਬ ਜਾਣਾ ਜੇਕਰ ਬਾਈ ਬੱਸ ਆਉਣਾ ਤਾਂ ਬੱਸੋਂ ਤੋਂ ਬੱਸ ਸਟੈਂਡ 'ਚ ਉਤਰ ਕੇ ਤੇ ਸਾਹਮਣੇ ਬਾਹਰੋਂ ਜਿਹੜੇ ਆਟੋ 3 ਵੀਲਰ ਜਿਹੜੇ ਇੱਥੇ ਸਿੱਧੇ ਸਰੋਵਰ ਸਾਧੂਆਣਾ ਸਾਹਿਬ ਆਉਂਦੇ ਨੇ ਸੋ ਅੱਗੇ ਜਿਹੜੀ ਸੰਗਤ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਬਲਕਾਰ ਜੀ ਅੱਗੇ ਜਿਹੜੀ ਸੰਗਤ ਆ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਹਾਂਜੀ ਆਓ ਜੀ ਆਓ ਜੀ ਇਧਰ ਆ ਜੀ ਵਿੱਤਿਵਾਦ ਕਰਕੇ ਆਏ ਜਗ੍ਹਾ ਤੋਂ ਜੀ ਸੋ ਜੇ ਸ਼ਰਦਾ ਦੀ ਗੱਲ ਕਰੀਏ ਤਾਂ ਸ਼ਰਦਾ ਇਸ ਸਥਾਨ ਦੇ ਪ੍ਰਤੀ ਬਹੁਤ ਦੂਰ ਦਰੋ ਸੰਗਤਾਂ ਇਸ਼ਨਾਨ ਕਰਨ ਦੇ ਲਈ ਆ ਰਹੀਆਂ ਨੇ ਇੱਕ ਸੰਗਤ ਸਾਡੇ ਕੋਲੋਂ ਕਾਫੀ ਦੂਰੋਂ ਪਹੁੰਚੀ ਨੇ ਗੱਲਬਾਤ ਕਰਾਂਗੇ ਕਿੱਥੋਂ ਆਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਹੁਣੇ ਹਿਮਾਚਲ ਪ੍ਰਦੇਸ਼ ਤੋਂ ਆਏ ਹਾਂ ਹਿਮਾਚਲ ਪ੍ਰਦੇਸ਼ ਹਾਂ ਜੀ ਭੈਣ ਜੀ ਤੁਹਾਨੂੰ ਇਹ ਇਸ ਸਥਾਨ ਬਾਰੇ ਕਿਵੇਂ ਪਤਾ ਲੱਗਾ ਸਾਨੂੰ YouTube ਤੋਂ ਪਤਾ ਲੱਗਿਆ ਸੀ YouTube 'ਚ ਦੇਖਿਆ ਇਹਦੇ ਬਾਰੇ ਬਹੁਤ ਲੋਕੀ ਠੀਕ ਹੋਏ ਨੇ ਤਾਂ ਉਹਨਾਂ ਨੂੰ ਦੇਖ ਕੇ ਅਸੀਂ ਵੀ ਇੱਥੇ ਆਏ ਕਿ ਸਾਡਾ ਵੀ ਕੁ ਕਿਸ ਠੀਕ ਹੋ ਜਾਏਗਾ ਕਾਫੀ ਲੋਕਾਂ ਨੂੰ ਫਰਕ ਪਿਆ ਇਸ ਕਰਕੇ ਅਸੀਂ ਵੀ ਆਏ ਹਮ ਸਰਦਨਾལ་ ਆਏ ਹਮ ਸਰਦਨਾ ਨਾ ਪੂਰੇ ਵਿਸ਼ਵਾਸ ਨਾਲ ਆਏ ਹ ਬਾਬਾ ਜੀ ਸਹੜ ਪਰ ਮਿਹਰ ਕਰਨਗੇ ਹਮ ਕਿੰਨੇ ਚਿਰ ਤੋਂ ਜਿਹੜੀ ਤੁਹਾਨੂੰ ਇਹ ਸਮੱਸਿਆ ਹੈਗੀ ਇਹ ਪ੍ਰੋਬਲਮ ਹੈਗੀ ਤੁਹਾਨੂੰ ਕਾਫੀ 15 20 ਸਾਲ ਹੋ ਗਏ 15 20 ਸਾਲ ਹੋ ਗਏ ਫਿਰ ਦਵਾਈਆਂ ਵੀ ਕਾਫੀ ਲਈਆਂ ਹੋਣੀਆਂ ਤੁਸੀ ਬਾਬਾ ਜੀ ਦਵਾਈਆਂ ਵੀ ਕਾਫੀ ਲਈਆਂ ਕਾਫੀ ਜਗ੍ਹਾ ਗਈ ਕਾਫੀ ਜਿੱਥੇ ਜਦ ਜਸੀ ਉੱਥੇ ਗਈ ਹਮ ਹੁਣ ਅਸੀਂ ਇੱਥੇ ਪੂਰੇ ਸਰਦਨਾ ਵਿਸ਼ਵਾਸ ਨਾਲ ਆਏ ਹ ਹਮ ਬਾਬਾ ਜੀ ਮਿਹਰ ਕਰੇ ਕਈ ਲੋਕ ਠੀਕ ਹੁੰਦੇ ਦੇਖੇ ਉਹਨਾਂ ਨੂੰ ਦੇਖ ਕੇ ਅਸੀਂ ਵੀ ਆਏ ਹਮ ਮੈਨੂੰ ਲੱ ਹਾਂਜੀ ਹੋਰਾਂ ਨੇ ਵੀ ਦੇਖੀ ਤਕਲੀਫ ਕਾਫੀ ਤਾਂ ਵੱਧ ਕੇ ਹੈਗੀ ਹਾਂਜੀ 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 ਫਿਰ ਵੀ ਕਈ ਲੋਕੀ ਕਾਫੀ ਕੁਝ ਬੋਲਦੇ ਇਸ ਕਰਕੇ ਅਸੀਂ ਪੂਰੇ ਬਾਬਾ ਜੀ ਦੇ ਮਿਹਰ ਕਰਨ ਨਾਲ ਅਸੀਂ ਆਏ ਹਾਂ ਵਿਸ਼ਵਾਸ ਸੇ ਸਾਨੂੰ ਕਿ ਬਾਬਾ ਜੀ ਸਾਨੂੰ ਠੀਕ ਕਰਨਗੇ ਠੀਕ ਕਰਨਗੇ ਪਹਿਲੇ ਸੰਡੇ ਆਏ ਹੋ ਤੁਸੀਂ ਹਾਂਜੀ ਪਹਿਲੀ ਵਾਰ ਆਈ ਹਾਂ ਮੈਂ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਸ਼ਰਦਾ ਜੀ ਜੇ ਗੱਲ ਕਰੀਏ YouTube ਚੈਨਲ ਤੋਂ ਇਹਨਾਂ ਨੇ ਉਹ ਵੀਡੀਓ ਦੇਖੀ ਹੈਗੀ ਆ ਕਾਫੀ ਸਾਂਗ ਦਿੱਤੋ ਠੀਕ ਬਈ ਮੈਨੂੰ ਲੱਗਦਾ ਜਿੰਨਾ ਕ ਭੈਣ ਜੀ ਦੇ ਇਹਦੋਂ ਕਾਫੀ ਜ਼ਿਆਦਾ ਜਿਹੜੇ ਹੈਗੇ ਆ ਸਾਡੇ ਸਰੋਵਰ ਸਾਧੂ ਜੀ ਜਿਵੇਂ ਇੱਥੇ ਫਲੈਕਸ ਵੀ ਲੱਗੇ ਹੋਏ ਨੇ ਉੱਥੇ ਇੱਕ ਕਾਫੀ ਸਰੀਰ ਤੇ ਭਾਈ ਸਾਹਿਬ ਸੀਗੇ ਉਹਨਾਂ ਦੇ ਸਾਰਾ ਸਰੀਰ ਹੀ ਉਹ ਭਰਿਆ ਹੋਇਆ ਪਿਆ ਸੀਗਾ ਪਰ ਹੁਣ ਉਹ ਮੇਲਾ ਦਾ ਤਿੰਨ ਚਾਰ ਦਿਨ ਦੌਰ ਹੋਏ ਨੇ ਇਸ਼ਾਨ ਕਰਦਿਆਂ ਨੂੰ ਉਹਨਾਂ ਦੇ ਕਾਫੀ ਜਿਹੜਾ ਹੱਦ ਤੱਕ ਫਰਕ ਉਹਨਾਂ ਨੂੰ ਪੈ ਚੁੱਕਾ ਸੋ ਸੰਗਤ ਹੋਰ ਵੀ ਕਾਫੀ ਨੇ ਸਤਿ ਸ਼੍ਰੀ ਅਕਾਲ ਭੈਣ ਜੀ ਤੁਸੀਂ ਵੀ ਨਾਲ ਹੀ ਆਏ ਹੋ ਇਹਨਾਂ ਦੇ ਹਾਂਜੀ ਨਾਲ ਹੀ ਆਏ ਤੁਸੀਂ ਤੁਸੀਂ ਵੀ ਇਹ ਵੀਡੀਓ ਦੇਖਿਓਣੀ ਆ ਹਾਂਜੀ ਮੇਰੀ ਬੇਟੀ ਹੈ ਬੇਟੀ ਹੈ ਤੁਹਾਡੀ ਅੱਛਾ ਅੱਛਾ ਮੈਂ ਪੂਰਾ ਵਿਸ਼ਵਾਸ ਆ ਮਹਾਂਪੁਰਸ਼ਾਂ ਦੇ ਵਿੱਚ ਠੀਕ ਹੋਣ ਦੇ ਦੇਖੋ ਵਿਸ਼ਵਾਸ ਕਰਕੇ ਹੀ ਆਏ ਆ ਉਹ ਹੀ ਹੁ ਬਿਲਕੁਲ ਕਹਿੰਦੇ ਹੁੰਦੇ ਨੇ ਸ਼ਰਦਾ ਤੇ ਭਾਵਨਾ ਅਸੀਂ ਜੇਕਰ ਮਨੋ ਕਰੀਏ ਤਾਂ ਉਸ ਉਹ ਦੁੱਖੜਾ ਚਾਹੇ ਕਿੱਡਾ ਵੀ ਵੱਡਾ ਹੋਵੇ ਦੁੱਖ ਇਹ ਤਾਂ ਫਿਰ ਚਮੜੀ ਦੇ ਰੋਗ ਦੀ ਗੱਲ ਕਰੀਏ ਸਭ ਤੋਂ ਨਾਮੁਰਾਦ ਬਿਮਾਰੀ ਜਿਹੜੀ ਇਸ ਸੰਸਾਰ ਤੇ ਆ ਕੈਂਸਰ ਵਰਗੀ ਭਿਆਨਕ ਬਿਮਾਰੀ ਇਸ ਸਥਾਨ ਤੋਂ ਸਰੋਵਰ ਦੇ ਵਿੱਚੋਂ ਇਸ਼ਨਾਨ ਕਰਨ ਦੇ ਨਾਲ ਠੀਕ ਹੋਇਆ ਲੁਧਿਆਣੇ ਦੇ ਇੱਕ ਸੰਗਤ ਆਈ ਸੀ ਸੇਵਾਦਾਰ ਦੱਸ ਰਹੇ ਸਨ ਕਿ ਉਹਨਾਂ ਦੇ ਬੱਚੇ ਨੂੰ ਕੈਂਸਰ ਦੀ ਬਿਮਾਰੀ ਸੀਗੀ ਕੈਂਸਰ ਵਰਗੀ ਬਿਮਾਰੀ ਵੀ ਜਿਹੜੀ ਇਸ਼ਨਾਨ ਕਰਨ ਦੇ ਨਾਲ ਠੀਕ ਹੋ ਜਾਂਦੀ ਹੈ ਫਿਰ ਇਹੋ ਜਿਹੇ ਰੋਗ ਤਾਂ ਬਹੁਤ ਛੋਟੇ ਨੇ ਇਸ ਸਥਾਨ ਦੇ ਇਸ਼ਨਾਨ ਕਰਨ ਦੇ ਨਾਲ ਠੀਕ ਹੁੰਦੇ ਨੇ ਜਿਹੜੇ ਸੋ ਦੇਖਦੇ ਰਹੋ ਤੁਸੀਂ ਨਿਊਜ਼ ਪੰਜਾਬ ਦੇ ਚੈਨਲ ਫਿਰ ਮਿਲਾਂਗੇ ਅਗਲੇ ਐਤਵਾਰੇ ਇਸ ਸਥਾਨ ਤੋਂ ਲਾਈਵ ਪ੍ਰਸਾਰਣ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ